ਮਾੜੇ ਪਹਿਲਾਂ ਦੀ ਗੱਲ ਹੈ, ਜਦੋਂ ਮੈਂ 74 ਦੇ ਵਿੱਚ ਹਰਚਰਨ ਗਰੇਵਾਲ ਸਾਹਿਬ ਹੋਰਾਂ ਕੋਲ ਆਇਆ, ਉਦੋਂ ਗਾਇਕੀ ਕੁਝ ਹੋਰ ਹੁੰਦੀ ਸੀ। ਇੱਕ ਟੇਬਲ 'ਤੇ ਰੱਖ ਕੇ ਗਰੇਵਾਲ ਸਾਹਿਬ ਨੇ ਆਪ ਹੀ ਹਾਰਮੋਨੀਅਮ ਵਜਾਉਣਾ, ਇੱਕ ਢੋਲਕ ਵਾਲਾ ਹੁੰਦਾ ਸੀ, ਇੱਕ ਘੜੇ ਵਾਲਾ। ਹੁਣ ਵਕਤ ਬਦਲ ਗਿਆ ਭਾਈ, ਮਾੜੀ ਬਰਾਤ ਜਿੰਨੇ ਸਾਜੀ ਹੁੰਦੇ ਆ। ਢੋਲ ਵਾਲਾ ਕਹਿੰਦਾ ਮੇਰੀ ਆਵਾਜ਼ ਸੁਣੇ, ਬੈਂਜੋ ਵਾਲਾ ਕਹਿੰਦਾ ਮੇਰੀ ਆਵਾਜ਼ ਸੁਣਨੀ ਚਾਹੀਦੀ ਆ, ਤਬਲੇ ਵਾਲਾ ਕਹਿੰਦਾ ਮੇਰਾ ਹੀ ਸੁਣੇ ਆਵਾਜ਼, ਗਾਉਣ ਵਾਲਾ ਵਿਚਾਰਾ ਭਾਵੇਂ ਜੋ ਮਰਜ਼ੀ ਕਰੀ ਚੱਲੇ, ਭਾਵੇਂ ਬਾਈ ਜਿਹੜੇ ਬੈਠੇ ਆ। ਸਾਡੇ ਇਹ ਦੱਸ, ਇੰਨਾ ਟਾਈਮ ਹੋ ਗਿਆ ਤੈਨੂੰ ਕਮਲਿਆ, ਕਦੇ ਮੇਰੇ ਪਿੰਡ ਗੇੜਾ ਗੂੜਾ ਮਾਰ। ਪਿੰਡ ਤੇਰਾ ਪਟਿਆਲਾ? ਕੀ ਗੱਲ! ਜਿੱਥੇ ਪੰਮੀ ਬਾਈ ਦੇਖਿਆ ਸੜਕ ਮਲਾਈਆਂ ਰਹੀਆਂ ਸੜਕ, ਤੇਰੇ ਪਿੰਡ 'ਚ ਵੜਦੇ ਇੰਨੀ ਟੁੱਟੀ ਸੜਕ, ਬੰਦਿਆਂ ਦੀ ਤੁਰ ਤੁਰ ਕੇ ਚਾਲ ਵਿਗੜੀ ਪਈ ਆ, ਲੰਡੂ ਕੁੱਤੇ ਤੁਹਾਡੇ ਘਰਾਂ 'ਚ ਤੁਰੇ ਫਿਰਦੇ, ਮਰ ਜਾਣਾ ਪਿੰਡ ਮੈਂ ਤੇਰੇ ਆਵਾਂਗੀ। ਕੀ ਬੋਲੀ ਜਾਣਾ, ਜਲ ਸਰਕਾਰ ਇਹੀ ਸੀ ਬਹੁਤ, ਮੇਰਾ ਪਿੰਡ ਤਰੱਕੀ ਕਰ ਗਿਆ। ਕਿੰਨੇ ਕੁ ਕਰ ਗਿਆ? ਕੀ ਦੱਸਾਂ, ਨਵੀਆਂ ਸੜਕਾਂ ਬਣਾਤੀਆਂ, ਥਾਂ ਥਾਂ ਤੇ ਟੂਟੀਆਂ ਲਾਤੀਆਂ, ਨਵਾਂ ਸਕੂਲ ਬਣਾਤਾ, ਨਵਾਂ ਹਸਪਤਾਲ ਬਣਾਤਾ। ਨਹੀਂ ਫੇਰ ਤਾਂ ਸਿਰੇ ਲੱਗ ਗਈ ਸ਼ਾਂਤੀ ਇਹ ਗੱਲ। ਲੈ ਸਿਰੇ ਦੀ ਸਿਰੇ, ਨਾਲੇ ਗੱਲ ਸੁਣ ਮੇਰੀ, ਥਾਂ ਥਾਂ ਤੇ ਟੋਇਲਟਾਂ ਬਣਾਤੀਆਂ। ਉਹ ਚੁੱਪ ਕਰਕੇ ਬਹਿ ਜਾ, ਲੱਗਦੀ ਆ ਥਾਂ ਥਾਂ ਤੇ ਟੋਇਲਟਾਂ ਬਣਾਤੀਆਂ। ਹੋਰ ਅੱਧਾ ਪਿੰਡ ਹਜੇ ਤੱਕ ਕੀ ਸੀ ਕਰਦਾ, ਗੱਲਾਂ ਮਾਰਦੀ ਆ ਟੋਇਲਟਾਂ, ਮਰ ਜਾਣਾ। ਵੇ ਗੱਲ ਸੁਣ, ਚੱਲ ਹੋਰ ਤਾਂ ਗੱਲ ਹੋਈ, ਆ ਪਿੱਛੇ ਦੇ ਬੜਾ ਰੌਲਾ ਪੈਂਦਾ ਸੀ ਤੇਰੇ ਬਾਰੇ, ਵੀ ਤੈਨੂੰ ਸਰਕਾਰੀ ਨੌਕਰੀ ਦੀ ਕੋਈ ਚਿੱਠੀ ਚੁੱਠੀ ਆ ਗਈ, ਉਹਦਾ ਕੀ ਬਣਿਆ ਕੁਛ ਪਤਾ ਨਹੀਂ ਲੱਗਿਆ। ਉਹ ਸਾਡੇ ਬਾਈ ਜੀ ਹੋਰੀ, ਪੰਮੀ ਬਾਈ ਹੋਰੀ ਪਟਿਆਲੇ ਰਹਿੰਦੇ ਆ, ਮਹਾਰਾਜਾ ਦੇ ਨੇੜੇ ਰਹਿੰਦੇ ਆ, ਫਿਰ ਇਹਨਾਂ ਨੇ ਕਹਿ ਸੁਣ ਕੇ ਵੀ ਚਲੋ ਬੇਰੁਜ਼ਗਾਰ ਤੁਰਿਆ ਫਿਰਦਾ। ਅੱਛਾ, ਮੈਨੂੰ ਆ ਗਈ ਸੀ ਇੰਟਰਵਿਊ ਦੀ ਚਿੱਠੀ। ਅੱਛਾ, ਤੇ ਮੈਂ ਮੁੰਡਾ ਫਿਰ ਆ ਜਿਹੜਾ ਆਪਾਂ ਯਾਦਵਿੰਦਰ ਸਿੱਧੂ ਆ, ਆਹੋ ਮੈਂ ਕਿਹਾ ਮੁੰਡਾ ਪੜ੍ਹਿਆ ਲਿਖਿਆ ਵੀ ਇਹਦੇ ਕੋਲੋਂ ਸਲਾਹ ਲੈ ਲੈਂਦੇ ਆ। ਕੀ? ਉਹ ਮੈਂ ਕਿਹਾ ਸਿੱਧੂ ਸਾਹਿਬ ਮੈਨੂੰ ਆ ਗਈ ਇੰਟਰਵਿਊ ਦੀ ਚਿੱਠੀ। ਅੱਛਾ, ਜੇ ਉਹਦੇ ਵਿੱਚ ਮੈਥੋਂ ਕੋਈ ਉਹਨਾਂ ਨੇ ਸਵਾਲ ਜਵਾਬ ਪੁੱਛ ਲਏ ਤੇ ਮੈਂ ਉੱਥੇ ਬੋਲੂ ਕੀ? ਆਹੋ ਨਹੀਂ, ਸਵਾਲ ਵੀ ਪੁੱਛਣੇ ਨੇ। ਇਹ ਮੈਨੂੰ ਕਹਿੰਦੇ ਭਜਨਿਆ ਸਰਕਾਰੀ ਨੌਕਰੀ ਆ, ਵੱਧ ਤੋਂ ਵੱਧ ਤੈਨੂੰ ਇਹ ਪੁੱਛ ਲੈਣਗੇ ਵੀ ਆਪਣਾ ਮੁਲਕ ਯਾਦ ਕਦੋਂ ਹੋਇਆ ਸੀ, ਵੀ ਆਪਣਾ ਦੇਸ਼ ਕਦੋਂ ਯਾਦ ਹੋਇਆ। ਕਹਿੰਦੇ ਵੀ ਤੂੰ ਕਹਿੰਦੇ 1942 ਦੇ ਵਿੱਚ ਤਿਆਰੀ ਜੀ ਹੋਣ ਲੱਗ ਗਈ ਸੀ, ਤੇ 1947 ਚ ਹੋ ਗਿਆ। ਆਹੋ, 1947 ਵਿੱਚ ਹੀ ਆਪਣਾ ਦੇਸ਼ ਯਾਦ ਹੋਇਆ। ਕਹਿੰਦਾ ਵੀ ਵੱਧ ਤੋਂ ਵੱਧ ਤੈਨੂੰ ਇਹ ਪੁੱਛ ਲੈਣਗੇ ਉਹਦੇ ਵਿੱਚ ਯੋਗਦਾਨ ਕਿਹਦਾ ਕਿਹਦਾ। ਅੱਛਾ, ਕਹਿੰਦਾ ਵੀ ਤੂੰ ਕਹਦੀ ਉਦਾਂ ਯੋਗਦਾਨ ਸਾਰੀ ਪਬਲਿਕ ਦਾ ਵੀ ਸੀਗਾ, ਸਾਰੇ ਮੁਲਕ ਦਾ। ਹਾਂ, ਸਭ ਤੋਂ ਵੱਧ ਯੋਗਦਾਨ ਨਹਿਰੂ ਜੀ ਤੇ ਮਹਾਤਮਾ ਗਾਂਧੀ ਜੀ ਦਾ। ਇਹ ਵੀ ਗੱਲ ਸਹੀ ਹੈ। ਉਹ ਮੈਂ ਤਾਂ ਇਹਨਾਂ ਗੱਲਾਂ ਨੂੰ ਰੱਟਾ ਲਾਉਂਦਾ ਰਿਹਾ, ਬੇੜਾ ਬਹਿ ਗਿਆ ਨਸ਼ਿਆਂ ਦਾ, ਸੰਤੀ ਮੇਰਾ ਦਿਮਾਗ ਚੱਕਿਆ ਗਿਆ। ਨਾ ਗੱਲ ਕੀ ਹੋਈ? ਉਹ ਕੈਪਟਨ ਦੇ ਪੀਏ ਨੇ ਮੈਨੂੰ ਕੁਝ ਹੋਰ ਹੀ ਪੁੱਛ ਲਿਆ। ਕੀ ਪੁੱਛਿਆ? ਉਹ ਮੈਨੂੰ ਕਹਿੰਦੇ ਭਜਨ ਸਿੰਘ ਤੇਰਾ ਜਨਮ ਕਦੋਂ ਹੋਇਆ ਸੀ? ਨਾ ਫਿਰ ਤੈਂ ਕੀ ਕਿਹਾ? ਮੈਂ ਕਿਹਾ ਜੀ 1942 ਦੇ ਵਿੱਚ ਤਿਆਰੀ ਜੀ ਹੋਣ ਲੱਗ ਗਈ ਸੀ। ਅੱਛਾ, ਤੇ 1947 ਚ ਹੋ ਗਿਆ ਸੀ। ਹੁਣ ਮੈਂ ਕਿਹਾ ਤੁਸੀਂ ਪੁੱਛੋਗੇ ਉਹਦੇ ਵਿੱਚ ਯੋਗਦਾਨ ਕਿਹਦਾ ਕਿਹਦਾ। ਹੁਣ ਕੀ ਕਿਹਾ? ਮੈਂ ਕਿਹਾ ਉਦਾਂ ਯੋਗਦਾਨ ਸਾਰੀ ਪਬਲਿਕ ਦਾ ਵੀ ਹੈਗਾ। ਅੱਛਾ, ਤੇ ਸਭ ਤੋਂ ਵੱਧ ਯੋਗਦਾਨ ਨਹਿਰੂ ਜੀ ਤੇ ਮਹਾਤਮਾ ਗਾਂਧੀ। ਮਰ ਜਾਣਿਆ, ਨਸ਼ੇ ਛੱਡ ਦੇ, ਨਸ਼ੇ ਛੱਡ ਦੇ। ਹੁਣ ਨਹੀਂ ਨਸ਼ੇ ਛੱਡੇ ਜਾਣੇ ਸੰਤੀ, ਹੁਣ ਤਾਂ ਅਮਰੀਕਨ ਸੁੰਡੀ ਵਾਂਗੂ ਨਸ਼ਾ ਨਾੜ ਨਾੜ ਚ ਵੜ ਗਿਆ। ਮੈਂ ਤਾਂ ਵੇ ਗੱਲ ਸੁਣ ਭਜਣਿਆ, ਤੂੰ ਇੰਨਾ ਨਸ਼ਾ ਕੀਤਾ ਮਾੜਾ, ਸਾਰੀ ਜ਼ਿੰਦਗੀ ਆਪਣੀ ਨਸ਼ੇ ਚ ਲਗਾਤੀ। ਮੁੰਡੇ ਇੰਨਾ ਨਸ਼ਾ ਕਰਦੇ, ਸ਼ਰਾਬ ਪੀਂਦੇ ਆ, ਅਫੀਮ ਖਾਂਦੇ ਆ, ਡੋਡੇ ਖਾਂਦੇ, ਕੈਪਸੂਲ ਖਾਂਦੇ ਆ, ਨਸ਼ਾ ਮਾੜਾ। ਪਰ ਮੈਨੂੰ ਇੱਕ ਗੱਲ ਨਹੀਂ ਸਮਝ ਲੱਗਦੀ ਵੀ ਨਸ਼ਾ ਕਰਕੇ ਹੁੰਦਾ ਕੀ ਆ ਬੰਦੇ ਨੂੰ। ਭਾਈ ਲੱਖ ਰੁਪਏ ਦੀ ਗੱਲ ਕੀਤੀ, ਦੁੱਖ ਦੇਣੀ ਆ ਭਜਨਿਆ, ਪਤਾ ਤਾਂ ਲੱਗੇ। ਭਾਈ ਪਤਾ ਤਾਂ ਫੇਰ ਹੀ ਲੱਗੂ, ਪੂਰਾ ਖਾ ਕੇ ਦੇਖ।
ਢਹਿ ਜਾਣਾ। ਅੰਤਕੇ ਜੇ ਕਿਤੇ ਭੋਰਾ ਖਾਧੀ ਹੋਵੇ ਫਿਰ ਐਂ ਲੱਗਦਾ ਜਿਵੇਂ ਸਾਰਾ ਚੰਡੀਗੜ੍ਹ ਠੇਕੇ ਤੇ ਦਿੱਤਾ ਹੁੰਦਾ। ਅੱਛਾ, ਜੇ ਕਿਤੇ ਨਸ਼ਾ ਡਾਊਨ ਹੋਵੇ ਫਿਰ ਐਂ ਲੱਗਦਾ ਮਾਲਕਾ ਹੁਣ ਚੱਕ ਹੀ ਲੈ ਇਸ ਦੁਨੀਆਂ ਤੇ ਰੱਖਿਆ ਕੀ। ਇੰਨਾ ਮਾੜਾ ਹਾਲ ਆ। ਆ ਤੂੰ ਕੈਪਸੂਲਾਂ ਦੀ ਗੱਲ ਕਰਦੀ ਆ, ਸਾਡਾ ਸਾਂਝੀ ਨੱਥੂ ਮੇਰੇ ਪੁੱਤ ਦਾ ਏਡਾ ਬਦਤਮੀਜ ਆ, ਉਹ ਬ੍ਰੇਕਫਾਸਟ ਇੰਨੇ ਕੈਪਸੂਲਾਂ ਨਾ ਕੰਮ। ਹਾਏ ਹਾਏ, ਮੇਰੇ ਵਾਂਗੂ ਉਹਦਾ ਦਿਮਾਗ ਚੱਕਿਆ ਰਹਿੰਦਾ। ਅੱਛਾ ਛੋਟੇ ਵੀਰ ਬਜਾ ਲਈ ਬਾਅਦ ਚ। ਉਹ 15 ਦਿਨ ਪਹਿਲਾਂ ਦੀ ਗੱਲ ਹੈ, ਮੈਂ ਉਹਨੂੰ ਕਿਹਾ ਨੱਥੂ ਰਿਹਾ ਵਾ ਆ, ਮੈਂ ਕਿਹਾ ਪੱਠਾ ਵਾਲੀ ਗੱਡੀ ਨੂੰ ਬੱਚਾ ਜੋੜ ਲਾ। ਅੱਛਾ, ਬੱਚਾ ਜੋੜ ਕੇ ਪੱਠੇ, ਆਪਾਂ ਅਮਰੀਕਨ ਬੱਚਾ ਛੋਟਾ ਜਿਹਾ ਰੱਖਿਆ। ਆਹੋ, ਮੈਂ ਕਿਹਾ ਬੱਚਾ ਜੋੜ ਕੇ ਪੱਠੇ ਲੈ। ਅੱਛਾ, ਐਡਾ ਬਦਤਮੀਜ ਦੇਖਿਆ ਸੰਤੀਏ ਨਸ਼ੇ ਦੇ ਵਿੱਚ, ਪੱਠਾ ਵਾਲੀ ਗੱਡੀ ਨੂੰ ਜੋੜਦਾ ਤਾਂ ਬੱਚਾ ਸੀ, ਨਾਲ ਹੀ ਬੱਕਰਾ ਖੜਾ ਸੀ, ਪੱਠਾ ਵਾਲੀ ਗੱਡੀ ਨੂੰ ਫੜ ਕੇ ਬੱਕਰਾ ਜੋੜ। ਬੱਕਰਾ ਕਿਤੇ ਤੁਰਦਾ? ਨਾ ਨਾ, ਬੱਕਰੇ ਦਾ ਜ਼ੋਰ ਲਾ ਕੇ ਬੱਕਰੇ ਦੀਆਂ ਨਿਕਲ ਗਈਆਂ ਮਿੰਗਣਾ। ਹਾਏ ਹਾਏ ਹੈ, ਦੱਸ ਵਿਚਾਰਾ ਛੋਟਾ ਜਿਹਾ। ਉਹ ਤਾਂ ਕੁਦਰਤੀ ਮੈਂ ਆ ਗਿਆ। ਵੇ ਟੈਂ ਕਿਹੜਾ ਘੱਟ ਨਸ਼ਾ ਕੀਤਾ ਹੋਣਾ, ਮੈਂ ਆ ਕੇ ਉਹਦਾ ਖਿਹੜਾ ਤਾਂ ਛਡਾਤਾ। ਉਹ ਕਿਵੇਂ? ਮੈਂ ਉੱਪਰ ਦੀ ਗੇੜਾ ਜਿਹਾ ਦਿੱਤਾ, ਮੈਂ 5-4 ਮਿੰਗਣਾ ਜਿਹੀਆਂ ਚੱਕੀਆਂ। ਮੈਂ ਉਹਨੂੰ ਕਿਹਾ ਨੱਥੂ ਇਹ ਨੀ ਚੱਲਣਾ ਭਾਈ, ਖਰਾਬ ਹੋ ਗਿਆ। ਕੀ ਗੱਲ? ਕਹਿੰਦਾ ਜੀ ਕੀ ਗੱਲ? ਮੈਂ ਕਿਹਾ ਭੂਤ ਨਹੀਂ ਦਾ ਦੇਂਦਾ ਨੀ, ਇਹਦਾ ਬੈਰੰਗ ਟੁੱਟ ਗਿਆ, ਗੋਲੀਆਂ ਤਾਂ ਸਾਰੀਆਂ ਬਾਹਰ ਖਿੰਡੀਆਂ ਫਿਰਦੀਆਂ।